करदे हुंदे सी जान जान सोणिया बन गए ने हुणे अन जान सोणिए। सो वेलकम है गाइस, की हाल चाल, सब तो फुली सारे वधिया होवोंगे। अज एक कंट्रोवर्सी शुरू हुई है, कल दी शुरू हुई है मतलब, बट मैं दसना चाहूंगा, सारों नूं एक्सप्लेन करना चाहूंगा कि उहदे चक्कर की है। कुछ लोगों के कमेंट भी आए, भाई दस्यो माड़ा जिहा की सात, कईआं दे मैसेज आए। हिम्मत संधू वर्सेस निंजा वीरा, चक्कर की होया। एके दी बैरल, सेम ट्रैक, सेम लिरिक्स, सेम कंपोजिशन, ऑलमोस्ट सेम जहा म्यूजिक, ठीक है। तो आवाज़ सुन के भी देख लो, दोवां सिंगर की आवाज़ सुन के भी इदा लगता है यार, ये तो सेम जहा ही गा रहे हैं, उन्नी स्केल है, सारा कुछ है। बट वो किवें की चक्कर पै गया, निंजा बाई ने कॉपीराइट पा के हिम्मत संधू बाई का गाना कराता डिलीट, तो निंजा बाई ने आप पाता गाना, सारे साइट्स से आ गया, ठीक है। हुण ये चक्कर यह है कि यह की है, हुण आ लाइव है जी, हिम्मत संधू वीर का तुम सुन सकते हो। सिर्फ एक मुद्दे लई लाइव होया, सवेरे आपां एक गाना पाया सी यूट्यूब चैनल ते एके दी बैरल, ते उस गाने वास्ते मैं कोई होर हजे गल कोई नहीं करूंगा, बाद च करांगे गल्लां किसे दिन वेले बह के। ते दिवाली दीआं मुबारकां, चलो दिवाली, चलो ठीक है, दिवाली दीआं मुबारकां आप सब नूं। ते गाना यूट्यूब ते कॉपीराइट क्लेम मारता किसे ने, जिन्हें भी मारिया आपां नाम लैके बाद च गल करांगे अगलियां दी, हजे आपां किसे नूं माड़ा चंगा नहीं कहिंदे ਜਦੋਂ ਤੱਕ ਅਸੀਂ ਆਪਣੇ ਆਪ ਨੂੰ ਠੀਕ ਪ੍ਰੂਵ ਨਹੀਂ ਕਰ ਲੈਂਦੇ। ਯੂਟਿਊਬ 'ਤੇ ਗਾਣਾ ਨਹੀਂ ਹੈਗਾ ਹੁਣ, ਤਾਂ ਮੈਨੂੰ ਸੀਗਾ ਵੀ ਮੈਂ ਇੰਸਟਾਗ੍ਰਾਮ 'ਤੇ ਪੂਰਾ ਗਾਣਾ ਪਾ ਦਾਂ, ਇੱਥੇ ਤਾਂ ਪੈਣਾ ਨਹੀਂ, ਮੈਂ ਲਾਈਵ ਹੋ ਕੇ ਸਾਰਾ ਗਾਣਾ ਵਜਾ ਦਿੰਦਾ, ਇੱਥੇ ਸੁਣੀ ਜਾਏ। ਯੂਟਿਊਬ 'ਤੇ ਗਾਣਾ ਹੈ ਨਹੀਂ ਹੁਣ, ਜਿੰਨੇ ਸੁਣਨਾ ਹੈ ਇੱਥੇ ਸੁਣ ਲਿਆ ਕਰਿਓ, ਛੇਤੀ ਆਊਗਾ ਯੂਟਿਊਬ 'ਤੇ ਵੀ ਵਾਪਸ, ਹੋਪਫੁਲੀ ਇੱਕ ਦੋ ਦਿਨਾਂ 'ਚ ਆ ਜਾਏ, ਹੋ ਸਕਦਾ ਕੱਲ੍ਹ ਨੂੰ ਹੀ ਆ ਜਾਏ। ਬਾਕੀ ਚੱਕਰ ਕੋਈ ਨਹੀਂ, ਆਪਾਂ ਹਰ ਮਸਲੇ ਨੂੰ ਥੋੜ੍ਹਾ ਜਿਹਾ ਪਿਆਰ ਨਾਲ ਸੁਲਝਾਉਣ ਦੀ ਕੋਸ਼ਿਸ਼ ਕਰਦੇ ਹਾਂ, ਅਤੇ ਸਾਡੇ ਪਿਆਰ ਨੂੰ ਕਿਸੇ ਗਲਤ ਤਰੀਕੇ 'ਚ ਨਾ ਲਿਆ ਜਾਵੇ, ਅਤੇ ਕੋਈ ਚੱਕਰ ਨਹੀਂ, ਗਾਣਾ ਇੱਥੇ ਸੁਣ ਲਿਓ, ਯੂਟਿਊਬ 'ਤੇ ਹੈ ਨਹੀਂ ਹੁਣ, ਬਾਕੀ ਦੂਜੇ ਪੇਜਾਂ ਪੂਜਾਂ 'ਤੇ ਪਿਆ ਹੋਊਗਾ, ਤੁਸੀਂ ਉੱਥੇ ਸੁਣਦੇ ਰਹੋ, ਯੂਟਿਊਬ 'ਤੇ ਹੈ ਨਹੀਂ ਹੁਣ, ਬਾਕੀ ਕੋਈ ਚੱਕਰ ਨਹੀਂ। ਬਿਗ ਰਿਸਪੈਕਟ ਟੂ ਐਵਰੀਵਨ, ਬਾਕੀ ਜਿਹੜਾ ਸਿਰਦਿਆਂ ਵਾਲਾ ਨੂੰ ਆਊਗਾ ਫਿਰ ਤਿਆਰ ਬਰ ਤਿਆਰ ਬੈਠਿਆ, ਕੋਈ ਚੱਕਰ ਨਹੀਂ। ਅਤੇ ਆਹ ਥੋੜ੍ਹਾ ਜਿਹਾ ਇੱਕ ਸਟੋਰੀ ਪਾਈ ਸੀ ਨਿੰਜਾ ਵੀਰ ਨੇ, ਉਹ ਵੀ ਦੇਖ ਲਓ। ਹੁਣ ਜਿਵੇਂ ਅੱਪ ਤੁਸੀਂ ਦੇਖ ਲਿਆ, ਸਾਰਾ ਕੁਛ ਸਮਝ ਲਿਆ ਆ ਕਿ ਇਹ ਗੱਲ ਕੀ ਹੋਈ ਹੈ ਕਿ ਗਾਣਾ ਹੋਇਆ ਲੀਕ, ਠੀਕ ਹੈ, ਪਰ ਉੱਧਰੋਂ ਹਿੰਮਤ ਸੰਧੂ ਬਾਈ ਨੇ ਜਾਂ ਤਾਂ ਇੱਕ ਦੋ ਦਿਨ 'ਚ ਗਾਣਾ ਬਣਾ ਕੇ ਪਾਤਾ, ਬਟ ਕੋਈ ਵੀ ਸਿੰਗਰ ਇੰਨਾ ਬੇਵਕੂਫ਼ ਨਹੀਂ ਹੁੰਦਾ ਜਿਹਨੂੰ ਪਤਾ ਕਿ ਗਾਣਾ ਲੀਕ ਹੋ ਚੁੱਕਿਆ, ਉਹ ਸੇਮ ਟੂ ਸੇਮ ਲਿਰਿਕਸਾਂ ਨਹੀਂ ਯੂਜ਼ ਕਰੇਗਾ। ਜਾਂ ਤਾਂ ਕੋਈ ਲਿਰਿਸਿਸਟ ਵੱਲੋਂ ਹੇਰਾ ਫੇਰੀ ਹੋਈ ਹੈ ਕਿ ਇੱਧਰ ਵੀ ਦੇਤਾ ਉੱਧਰ ਵੀ ਦੇਤਾ, ਇਹ ਬਹੁਤ ਗਾਣਿਆਂ 'ਚ ਹੁੰਦੀ ਹੈ, ਬਾਜਵੇ ਬਾਈ ਦੇ ਗਾਣੇ 'ਚ ਵੀ ਹੋਈ ਸੀਗੀ ਇਹ, ਠੀਕ ਹੈ, ਕਿ ਬਾਜਵੇ ਬਾਈ ਦੀ ਐਲਬਮ ਆਈ ਸੀਗੀ ਬਾਜਵੇ ਦੀ ਟੇਪ, ਉਹ 'ਚ ਐਂਡ ਵਾਲਾ ਜਿਹੜਾ ਗਾਣਾ ਸੀਗਾ ਸ਼ਾਇਦ ਟਰਾਈ ਸਿਟੀ ਕੁਛ ਏਦਾਂ ਕਰਕੇ ਉਹ ਗਾਣਾ, ਅਤੇ ਉੱਧਰ ਇੱਕ ਹੋਰ ਗਾਣਾ ਆਇਆ ਸੀਗਾ ਆਪਣਾ ਬਾਈ ਦਾ, ਸੀਐਮ ਚਾਹਲ ਬਾਈ ਦਾ ਚੰਡੀਗੜ੍ਹ ਕਰਕੇ ਆਉਂਦਾ, ਅਤੇ ਉਹ ਸੇਮ ਸੇਮ ਬਿਲਕੁਲ ਸੇਮ ਲਿਰਿਕਸ, ਕੰਪੋਜੀਸ਼ਨ ਦੇ ਮਿਊਜ਼ਿਕ ਚੇਂਜ, ਬਟ ਲਿਰਿਕਸ ਡਿਟੋ ਸੇਮ, ਅਤੇ ਲਿਰਿਸਿਸਟ ਵੀ ਸੇਮ, ਹੈ ਨਾ, ਪਰ ਉਹ ਚੀਜ਼ ਬਾਹਰ ਨਹੀਂ ਆਈ। ਚਲੋ, ਹਿੰਮਤ ਸੰਧੂ ਬਾਈ ਨੇ ਸਿੱਧਾ ਸਟੋਰੀ ਵਿੱਚ ਆਪਣੀ ਲਾਈਫ ਵਿੱਚ ਕਹਿਤਾ ਕਿ ਪਿਆਰ ਨਾਲ ਗੱਲਬਾਤ ਕਰਾਂਗੇ, ਹੋ ਸਕਦਾ ਗਾਣਾ ਕੱਲ੍ਹ ਪਰਸੋਂ 'ਚ ਵਾਪਸ ਵੀ ਆ ਜਾਏ, ਬਟ ਜੇ ਨਾ ਗੱਲ ਬਣੇ ਸਿਰ ਦੇ ਵਾਲਾਂ ਨੂੰ ਆਉਣਗੇ ਤਾਂ ਫਿਰ ਵੇਖ ਵੀ ਲਵਾਂਗੇ। ਇਨ ਦਾ ਸੈਂਸ ਕਾਇੰਡ ਆਫ ਇੱਕ ਤਰੀਕੇ ਨਾਲ ਕਿਹਾ ਗਿਆ ਕਿ ਅਸੀਂ ਗਲਤ ਨਹੀਂ ਹੈਗੇ, ਅਸੀਂ ਸਾਬਤ ਕਰਕੇ ਦਿਖਾਵਾਂਗੇ ਤੁਹਾਨੂੰ, ਇਹ ਵੀ ਵੀਡੀਓ ਦੇ ਵਿੱਚ ਕਿਹਾ ਗਿਆ। ਉੱਧਰ ਨਿੰਜੇ ਬਾਈ ਨੇ ਕੁਝ ਜ਼ਿਆਦਾ ਸਫਾਈ ਨਹੀਂ ਦਿੱਤੀ ਹੈਗੀ ਅਜੇ ਤੱਕ, ਅਤੇ ਜੇ ਮੇਰੀ ਵੀਡੀਓ ਬਣਾਉਂਦੇ ਬਣਾਉਂਦੇ ਕੋਈ ਸਫਾਈ ਦੇ ਦਿੱਤੀ ਗਈ ਤਾਂ ਮੈਂ ਉੱਥੇ ਕੋਈ ਕਲਿੱਪ ਐਡ ਕਰ ਦੂੰਗਾ ਇੱਥੇ ਤੁਹਾਨੂੰ, ਠੀਕ ਹੈ, ਤਾਂ ਕਿ ਤੁਹਾਨੂੰ ਲੱਗ ਤੁਹਾਨੂੰ ਸਮਝ ਆ ਜਾਏ ਕਿ ਹਾਂ ਇਹ ਵੀ ਚਾਹੀਦੀ ਹੈਗੀ ਹੈ। ਬਾਕੀ ਜੇ ਨਹੀਂ ਕੋਈ ਸਫਾਈ ਹੋਈ ਤਾਂ ਮੈਂ ਇੱਥੇ ਕਲੀਅਰ ਕਰ ਦੇਣਾ ਚਾਹੁੰਦਾ ਕਿ ਇਹ ਪੰਗੇ ਬਹੁਤ ਪੁਰਾਣੇ ਚੱਲਦੇ ਹੁੰਦੇ ਇੰਡਸਟਰੀ ਦੇ ਵਿੱਚ, ਲਿਰਿਸਿਸਟ ਇੱਧਰ ਉੱਧਰ ਗਾਣੇ ਕਰ ਦਿੰਦੇ, ਕਈ ਵਾਰ ਗਾਣਾ ਉਹਨੂੰ ਵੀ ਦਿੱਤਾ ਹੁੰਦਾ, ਉਹਨੇ ਕਾਫੀ ਟਾਈਮ ਤੋਂ ਕਰ ਲੈਂਦਾ ਸਿੰਗਰ ਨੇ, ਉਹ ਅੱਗੇ ਵੀ ਦੇ ਦਿੰਦਾ, ਉਹ ਸਿੰਗਰ ਛੇਤੀ ਕਰ ਦਿੰਦਾ, ਸੋ ਬੜਾ ਪੰਗਾ ਪੈਂਦਾ ਰਹਿੰਦਾ ਹੈ ਇੰਡਸਟਰੀ ਦੇ ਵਿੱਚ, ਬਹੁਤ ਪਹਿਲਾਂ ਤੋਂ ਪੈਂਦੇ ਆ ਰਹੇ, ਕਾਪੀ ਓਰੀਜਨਲ ਅਜੇ ਤੱਕ ਕਿਸੇ ਨੂੰ ਨਹੀਂ ਪਤਾ ਕਿ ਐਕਚੁਅਲ 'ਚ ਗਾਣਾ ਕਿਹਦਾ ਓਰੀਜਨਲ ਹੈ, ਬਟ ਇੱਦਾਂ ਸਿੱਧਾ ਕਾਪੀਰਾਈਟ ਮਾਰ ਦੇਣ ਨਾਲ ਕਾਫੀ ਹੱਦ ਤੱਕ ਨਿੰਜਾ ਬਾਈ ਨੇ ਇੱਕ ਐਗਰੈਸਿਵ ਮੂਵ ਦਿਖਾਇਆ ਜਾਂ ਉਹਨਾਂ ਦੀ ਟੀਮ ਨੇ, ਅਤੇ ਆਈ ਹੋਪ ਸਭ ਸਹੀ ਤਰੀਕੇ ਨਾਲ ਸੁਲਝ ਜੂਗਾ। ਸਤਿ ਸ਼੍ਰੀ ਅਕਾਲ।